ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸੀਂ ਇਸ ਮਹਿਫਲ ਦਾ ਆਗਾਜ਼ ਸੋਹਣੇ ਰੱਬ ਦੇ ਬਬਰਕਤ ਨਾਲ ਨਾਂ ਨਾਲ ਕਰਦੇ ਹਾਂ। ਅਤੇ ਮੈਂ ਸਭ ਤੋਂ ਪਹਿਲਾਂ ਤਿਲਾਵਤ ਵਾਸਤੇ ਕਾਰੀਆ ਰੁਬੀਨਾ ਸਾਹਿਬਾਂ ਨੂੰ ਦਾਵਤ ਦਿੰਦੀ ਹਾਂ। أعوذ بالله من الشيطان الرجيم آدیا تو پا دل ساڑے آ اینی گل دس دیو خدائی دے ਕਦੋਂ ਮੁਕਨੀਆਂ ਏ ਧੁੱਪਾਂ ਕਦੋਂ ਮੁਕਨੀਆਂ ਤੇ ਛਾਵਾਂ ਕਦੋਂ ਹੋਣੀਆਂ ਸਾਡੇ ਵੱਲ ਸੋਹਣਿਆਂ ਨਿਗਾਹਾਂ ਕਦੋਂ ਹੋਣੀਆਂ ਸਾਡੇ ਵੱਲ ਸੋਹਣਿਆਂ। ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੇ ਸਾਥ نبوت کے کار نبوت میں سب سے پہلا جو ساتھی تھا وہ ایک عورت ہی تھی اور عورت ہی کو ایک یہی اعزاز ملا ہے۔ پھر ان کے یعنی ایک اور جو بہت ہی پیاری بیوی حضرت عائشہ رضی اللہ عنہا جنہوں نے ایک تہائی دین ہم تک پہنچایا ہے، اس کے بعد ہمیں ان کی بیٹیاں ملتی ہیں، حضرت زینب ہیں، حضرت ام کلثوم ہیں، حضرت رقیہ ہیں۔ اے اللہ، اے ملک پیارا پاکستان جڑا تو سانو ਅਤਾ ਕੀਤਾ ਹੈ ਅੱਲਾ ਤਾਲਾ, ਇਹਨੂੰ ਕਾਇਮ ਰੱਖਣ ਦੀ ਤੌਫੀਕ ਅਤਾ ਕਰੀ। ਇਹ ਅੱਲਾ ਇਹਨੂੰ ਸੰਵਾਰਨ ਦੀ ਅਤੇ ਇਹ ਅੱਲਾ ਨੂੰ ਤਰੱਕੀ ਦੇਣ ਦੀ ਤੌਫੀਕ ਅਤਾ ਕਰੀ। ਇਸ ਦੁਆ ਦੇ ਨਾਲ ਹੀ ਸਾਡੀ ਅੱਜ ਦੀ ਇਹ ਬਬਰਕਤ ਮਹਿਫਲ ਇਖਤਤਾਮ ਨੂੰ ਪਹੁੰਚਦੀ ਹੈ। ਮੈਂ ਆਪਣਾ ਚੈਨਲ ਦੇ ਕਿਰਿਓ ਅਤੇ ਇੰਤਜ਼ਾਮੀਆਂ ਵੱਲੋਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਮਹਿਫਲ ਵਿੱਚ ਸ਼ਿਰਕਤ ਕਰਕੇ ਇਹਦੀ ਰੌਣਕ ਵਧਾਈ। ਇਜਾਜ਼ਤ ਦਿਓ, ਰੱਬ ਰੱਖਾ।